ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਪਿੰਡ ਬਲਕੋਟ, ਜ਼ਿਲ੍ਹਾ ਖਰਗੋਰ, ਮੱਧ ਪ੍ਰਦੇਸ਼ ਕੀ ਹੈ ਸਿਕਲੀਕਲ ਸਿੱਖ ਪਰਿਵਾਰ, ਜੋ ਆਪ ਦੇਖ ਰਹੇ ਹੋ। ਲੋਕਡਾਊਨ ਚੱਲ ਕੇ ਕਰਕੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਉੱਠ ਰਹੀ ਹੈ, ਪਰ ਕਾਮ ਧੰਦਾ ਬੰਦ ਹੈ, ਸਭੀ ਘਰੋਂ ਮੈਂ ਬੈਠੇ ਹੋਏ ਹੈ। ਇਸ ਕਰਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਹਨ, ਯਹਾਂ ਆਪ ਦੇਖ ਸਕਦੇ ਹੋ। ਯਹਾਂ ਪਰ 40 ਪਰਿਵਾਰ ਹਨ ਜੋ ਕਿ ਬਹੁਤ ਜ਼ਿਆਦਾ ਗਰੀਬੀ ਅਭੀ ਝੇਲ ਰਹੇ ਹੈ, ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਜੈਸੇ ਤੈਸੇ ਆਪਣਾ ਪਰਿਵਾਰ ਕਾ ਪਾਲਣ ਪੋਸ਼ਣ ਕਰਤੇ ਥੇ, ਪਰ ਅਭੀ ਲੋਕਡਾਊਨ ਕਰਕੇ ਘਰ ਸੇ ਬਾਹਰ ਨਹੀਂ ਨਿਕਲ ਪਾ ਰਹੇ ਹੈ, ਇਸ ਲਈ ਬਹੁਤ ਦਿੱਕਤ ਕਾ ਸਾਹਮਣਾ ਕਰਨਾ ਪੜ ਰਿਹਾ ਹੈ। ਹਮ ਅਪੀਲ ਕਰਤੇ ਹੈ ਸੰਗਤ ਸੇ ਕਿ ਹਮਾਰੇ ਲਈ ਰਾਸ਼ਨ ਕੀ ਸੇਵਾ ਦੇ, ਤਾਂ ਕਿ ਹਮ ਹਮਾਰਾ ਪਰਿਵਾਰ ਕਾ ਪਾਲਣ ਪੋਸ਼ਣ ਹੋ ਸਕੇ। ਹਮ ਅਪੀਲ ਕਰਤੇ ਹੈ ਭਾਈ ਸਾਹਿਬ, ਭਾਈ ਮਿਸਟਰ ਸਿੰਘ ਜੀ ਸੇ, ਜੋ ਕਿ ਡੇਰੋ ਮੈਂ ਸਿਕਲੇਰੋ ਕੇ ਡੇਰੋ ਮੈਂ ਜਾ ਕਰ ਵੋ ਰਾਸ਼ਨ ਕੀ ਸੇਵਾ ਕਰ ਰਹੇ ਹੈ। ਹਮ ਉਨਸੇ ਅਪੀਲ ਕਰਤੇ ਹੈ ਕਿ ਹਮਾਰੇ ਗਾਓ ਮੈਂ ਵੀ ਆਏ, ਉਹ ਯਹਾਂ ਪਰ ਵੀ ਸੇਵਾ ਕਰੇ, ਤਾਂ ਕਿ ਜੋ ਕਿ ਸੰਗਤ ਲੋਕਡਾਊਨ ਕੀ ਕਰਤੇ ਭੁੱਕੇ ਰਹਿਣੇ ਕੀ ਮਤਲਬ ਤਾਗਾਰ ਮੈਂ ਹੈ ਸੰਗਤ, ਤੋ ਹਮ ਬੇਨਤੀ ਕਰਤੇ ਹੈ ਕਿ ਹਮਾਰੇ ਵੀ ਯਹਾਂ ਪਰ ਅਰਦਾਸ ਸੁਣੇ, ਔਰ ਹਮਾਰੇ ਲਈ ਵੀ ਰਾਸ਼ਨ ਸੁੱਕੇ ਰਾਸ਼ਨ ਕੀ ਸੇਵਾ ਕਰੇ। 40 ਪਰਿਵਾਰ ਹੈ ਹਮ ਯਹਾਂ ਪਰ, ਔਰ ਇਹੀ ਹਮ ਬੇਨਤੀ ਕਰਨਾ ਚਾਹਤੇ ਹੈ ਭਾਈ ਮਿਸਟਰ ਸਿੰਘ ਸੇ, ਔਰ ਜੋ ਵੀ ਸੰਗਤ ਜੋ ਸੇਵਾ ਕਰ ਰਹੀ ਹੈ ਸਿਕਲੀ ਘਰੋਂ ਸੇ, ਜੋ ਰਾਸ਼ਨ ਕੀ ਸੇਵਾ ਕਰ ਰਹੀ ਹੈ, ਹਮ ਉਨਸੇ ਵੀ ਅਪੀਲ ਕਰਨਾ ਚਾਹੇਂਗੇ ਕਿ ਹਮਾਰੇ ਲਈ ਰਾਸ਼ਨ ਕੀ ਸੁੱਕੇ ਰਾਸ਼ਨ ਕੀ ਸੇਵਾ ਕਰੇ। ਬਸ ਇਹ ਬੇਨਤੀ ਕਰਨਾ ਚਾਹੇਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।